ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹਲਕਾ ਡੇਰਾਬੱਸੀ ਵਾਸਤੇ ਬਹੁਤ ਹੀ ਮਾਣ ਅਤੇ ਸਨਮਾਨ ਵਾਲੀ ਗੱਲ ਹੈਗੀ। ਗੱਲ ਹੈ ਜੀ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨਾਂ ਹੋਣ ਵਾਲੀਆਂ, ਚੋਣਾਂ ਹੋਣ ਵਾਲੀਆਂ 17 ਅਗਸਤ ਨੂੰ ਉੱਥੇ ਵੋਟਿੰਗ ਹੋਵੇਗੀ। ਔਰ ਆਪਣੇ ਹਲਕਾ ਡੇਰਾਬੱਸੀ ਵਾਸਤੇ ਬਹੁਤ ਹੀ ਮਾਣ ਸਨਮਾਨ ਵਾਲੀ ਗੱਲ ਇਹ ਕਿ ਆਪਣੇ ਹਲਕੇ ਦਾ ਜੰਮਪਾਲ ਜੈਜ ਮਸੂਤਾ ਜਿਹੜਾ ਟੋਰਾਡੀਨ ਆਸਟ੍ਰੇਲੀਆ ਦੇ ਵਿੱਚ ਹਲਕਾ ਟੋਰਾਡੀਨ, ਉੱਥੋਂ ਜਿਹੜਾ ਉਮੀਦਵਾਰ ਖੜ੍ਹਾ, MP ਦਾ ਉਮੀਦਵਾਰ ਖੜ੍ਹਾ ਚੋਣਾਂ ਦੇ ਵਿੱਚ ਖੜ੍ਹਾ, ਔਰ ਉਸਦੇ ਫਾਦਰ ਜੋ ਜਸਵਿੰਦਰ ਮਸੂਤਾ ਆਪਣੇ ਹਲਕਾ ਡੇਰਾਬੱਸੀ ਭਾਂਖਰਪੁਰ, ਪਿੰਡ ਭਾਂਖਰਪੁਰ ਦੇ ਜੰਮਪਾਲ ਹੈਗੇ, ਔਰ ਇੱਥੇ ਜਿਹੜੀ ਉਹਨਾਂ ਦੇ ਸਾਰੇ ਜੜ੍ਹਾਂ ਜਿਹਨੂੰ ਕਹਿੰਦੇ ਆਪਾਂ ਕਿ ਜੜ੍ਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਹਲਕਾ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੀਆਂ ਹੈਗੀਆਂ, ਔਰ ਬਹੁਤ ਹੀ ਖੁਸ਼ੀ ਅਤੇ ਬਹੁਤ ਹੀ ਜ਼ਿਆਦਾ ਮਾਣ ਸਨਮਾਨ ਵਾਲੀ ਗੱਲ ਇਹ ਹੈ ਕਿ ਆਪਣੇ ਹਲਕੇ ਦਾ ਜੰਮਪਾਲ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਜਾ ਕੇ ਚੋਣਾਂ ਲੜ ਰਿਹਾ, ਔਰ ਉਹਨਾਂ ਦੇ ਫਾਦਰ ਜਿਹੜੇ ਜਸਵਿੰਦਰ ਮਸੂਦਾ ਹੈਗੇ, ਉਹਨਾਂ ਵੱਲੋਂ ਇੱਕ ਰਿਕੁਐਸਟ ਕੀਤੀ ਗਈ, ਇੱਕ ਬੇਨਤੀ ਕੀਤੀ ਗਈ ਆਪਣੇ ਹਲਕਾ ਡੇਰਾਬੱਸੀ ਵਾਸਤੇ ਔਰ ਆਪਣੇ ਪੂਰੇ ਪੰਜਾਬ ਵਾਸਤੇ ਕਿ ਜੋ ਵੀ ਉਹਨਾਂ ਦਾ ਰਿਸ਼ਤੇਦਾਰ, ਜੋ ਵੀ ਉਹਨਾਂ ਦਾ ਸਹਿਯੋਗੀ, ਜੋ ਵੀ ਉਹਨਾਂ ਦਾ ਪੜੋਸੀ, ਜੋ ਵੀ ਉਹਨਾਂ ਦਾ ਸਾਥੀ ਸੰਗੀ ਜੋ ਵੀ ਆਸਟ੍ਰੇਲੀਆ ਦੇ ਵਿੱਚ ਹੈਗਾ, ਉਸ ਨੂੰ ਇੱਕ ਬੇਨਤੀ ਕੀਤੀ ਜਾਵੇ ਕਿ 17 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਜੈਜ ਮਸੂਤਾ ਦੇ ਨਾਮ 'ਤੇ ਵੋਟਿੰਗ ਕੀਤੀ ਜਾਵੇ ਔਰ ਉਸ ਨੂੰ ਕਾਮਯਾਬ ਕੀਤਾ ਜਾਵੇ, ਤਾਂ ਜੋ ਆਪਣਾ ਹਲਕਾ ਡੇਰਾਬੱਸੀ ਦਾ ਨਾਮ ਸਨਮਾਨ, ਆਪਣੇ ਪੂਰੇ ਪੰਜਾਬ ਦਾ ਮਾਣ ਸਨਮਾਨ ਜਿਹੜਾ ਅੰਤਰਰਾਸ਼ਟਰੀ ਪੱਧਰ 'ਤੇ ਹੋ ਸਕੇ। ਜਿਹੜੀ ਆਪਾਂ ਗੱਲ ਕਹਿ ਰਹੇ ਹਾਂ ਬਹੁਤ ਹੀ ਮਾਣ ਸਨਮਾਨ ਵਾਲੀ ਗੱਲ ਆਪਣੇ ਹਲਕੇ ਵਾਸਤੇ ਹੈਗੀ ਕਿ ਆਪਣੇ ਹਲਕੇ ਦਾ ਜੰਮਪਲ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਮੱਲਾਂ ਮਾਰ ਰਿਹਾ ਔਰ ਆਸਟ੍ਰੇਲੀਆ ਵਰਗੇ ਮੁਲਕ ਦਾ ਜਿਹੜਾ ਉਹ ਪਾਰਟ ਬਣ ਜਾ ਰਿਹਾ, ਹਿੱਸਾ ਬਣ ਜਾ ਰਿਹਾ, ਸਰਕਾਰ ਦਾ ਹਿੱਸਾ ਬਣਨ ਜਾ ਰਿਹਾ। ਆਪਣੇ ਹਲਕੇ ਵਾਸਤੇ ਬਹੁਤ ਅੱਛੀ ਔਰ ਬਹੁਤ ਵਧੀਆ ਖਬਰ ਹੈਗੀ ਔਰ ਸਾਰਿਆਂ ਨੂੰ ਉਹਨਾਂ ਦੇ ਫਾਦਰ ਜਿਹੜੇ ਜਸਵਿੰਦਰ ਮਸੂਤਾ ਹੈਗੇ, ਉਹਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਉਹ ਜੈਜ ਮਸੂਤਾ ਹੈਗਾ ਉਸਦੇ ਨਾਮ ਦੇ ਉੱਤੇ ਵੋਟਿੰਗ ਕੀਤੀ ਜਾਵੇ ਔਰ ਉਸਨੂੰ ਕਾਮਯਾਬ ਕੀਤਾ ਜਾਵੇ। ਇਹ ਨੇ ਜੀ ਜੈਜ ਮਸੂਤਾ ਜੀ ਜਿਹੜੇ ਟੋਰਾਡੀਨ ਵਾਰਡ ਤੋਂ ਇਲੈਕਸ਼ਨ ਕੰਟੈਸਟ ਕਰ ਰਹੇ ਨੇ, ਤੇ ਜੇ ਤੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਤਾੜੀ ਮਾਰੋ, ਜੇ ਨਹੀਂ ਲੱਗਦਾ ਤੇ ਨਾ ਮਾਰੋ। ਰੈਡੀ ਨਹੀਂ ਕੰਡਿਆਂ ਤੇ ਤੁਰਨਾ, ਤਾੜੀ ਲਾ ਕੇ ਦੱਸੋ ਤੇ ਜਸ ਮਸੂਤਾ ਜੀ ਕਿੱਥੇ ਨੇ, ਇੱਕ ਵਾਰੀ ਖੜੇ ਹੋ ਕੇ ਸਰੋਤਿਆਂ ਨੂੰ ਆਪਣੇ ਇਲੈਕਸ਼ਨ ਦਿਖਾ ਦੇਣ। ਸ਼ੁਰੂਆਤ ਕਰਦੇ ਹਾਂ ਜੀ, ਪਹਿਲਾਂ ਆਪਾਂ ਥੋੜ੍ਹਾ ਜਿਹਾ ਸਾਰੇ ਜਮੀਨ ਕਰ ਲਈਏ ਜੀ।